ਅੱਜ ਫਰੀਦਕੋਟ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਚੌਥੇ ਦਿਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਗੁਲਜਾਰ ਸਿੰਘ ਰਣਕੇ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਗੁਲਜਾਰ ਸਿੰਘ ਰਣਕੇ ਨੇ ਟਿੱਲਾ ਬਾਬਾ ਫਰੀਦ ਜੀ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਫਰੀਦਕੋਟ ਕੁਮਾਰ ਸੌਰਵ ਰਾਜ ਨੂੰ ਨਾਮਜ਼ਦਗੀ ਪੱਤਰ ਸੌਂਪਿਆ ਤੇ ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੇ ਪੁੱਤਰ ਗੁਰਵਿੰਦਰਪਾਲ ਸਿੰਘ ਰਣਕੇ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਹਨਾਂ ਨਾਲ ਮਨਤਾਰ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ, ਜਥੇ ਤੋਤਾ ਸਿੰਘ, ਸੂਬਾ ਸਿੰਘ ਬਾਦਲ ਅਤੇ ਪ੍ਰਬੰਧ ਸਿੰਘ ਬੰਟੀ ਰਮਾਣਾ ਵੀ ਮੌਜੂਦ ਰਹੇ। ਫਰੀਦਕੋਟ ਲੋਕ ਸਭਾ ਤੋਂ ਜਿਹੜੀ ਪੇਪਰ ਜਿਹੜੇ ਦਾਖਲ ਕੀਤੇ ਆ, ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ। ਉਸ ਤੋਂ ਬਾਅਦ ਸਾਡੇ ਬਹੁਤ ਸਤਿਕਾਰਯੋਗ ਸਾਡੇ ਸਾਥੀ ਸਾਬਕਾ ਐਮ ਐਲ ਏ ਸਾਹਿਬਾਨ, ਵਜ਼ੀਰ ਸਾਹਿਬਾਨ, ਜਿਹੜੇ ਸਾਰੇ ਨੌ ਦੇ ਨਵੇਂ ਸਰਕਾਰੀ ਚਾਰ ਉਹਨਾਂ ਦਾ ਅਤੇ ਸਾਰੀ ਲੋਕ ਸਭਾ ਦੀ ਸੰਗਤ ਦਲ ਫਰੀਦਕੋਟ ਜੀ ਦਾ ਧੰਨਵਾਦ ਕਰਦਾ ਕਿ ਜਿਹਨਾਂ ਨੇ ਬਹੁਤ ਵੱਡਾ ਭਰਮਾ ਜਿਹੜਾ ਹੰਗਾਰਾ ਉਹ ਦੇ ਰਹੇ ਨੇ। ਅਤੇ ਮੈਂ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਸਾਰੀ ਸੰਗਤ ਨੂੰ ਕਿ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਮਿਹਰਾਂ ਹੋਈਆਂ ਅਤੇ ਸੰਗਤਾਂ ਦੀ ਕਿਰਪਾ ਹੋਈ ਅਤੇ ਫਿਰ ਇਹਨਾਂ ਦੀਆਂ ਭਾਵਨਾ ਦੇ ਅਨੁਸਾਰ ਹੀ ਸਲਾਹ ਮਸ਼ਵਰੇ ਕਰਕੇ ਚਾਰ ਸਾਹਿਬਾਨਾਂ ਦੇ ਜਿਹੜੇ ਹਲਕੇ ਨੇ ਉਹਦੇ ਅਨੁਸਾਰ ਫਿਰ ਅਗਲੀ ਜਿਹੜੀ ਸੇਵਾ ਉਹ ਆਰੰਭ ਜਿਹੜੀ ਉਹ ਕਰਾਂਗੇ। ਦੇਖੋ, ਜਿਹੜਾ ਹਾਲਾਤ ਬਿਲਕੁਲ ਹੀ ਬਦਲੇ ਹੋਏ ਨੇ, ਜਿਹੜੇ ਤੁਸੀਂ ਪਿਛਲੀਆਂ ਅਸੈਂਬਲੀ ਚੋਣਾਂ ਦੀ ਗੱਲ ਕਰਦੇ ਹੋ ਉਦੋਂ ਤਾਂ ਪੁਜੀਸ਼ਨ ਹੈ ਜਿਹੜੀ ਬਿਲਕੁਲ ਡਿਫਰੈਂਟ ਹੈ ਸਾਰੇ ਪੰਜਾਬ ਦੇ ਵਿੱਚ ਹੀ। ਅਕਾਲੀ ਦਲ ਦੀ ਬਹੁਤ ਵਧੀਆ, ਬੀਜੇਪੀ ਅਕਾਲੀ ਦਲ ਦੀ ਜਿਹੜੀ ਚੋਣ ਮੁਹਿੰਮ ਬਹੁਤ ਵਧੀਆ ਚੱਲਦੀ ਹੈ, ਬਹੁਤ ਵਧੀਆ ਉਤਸ਼ਾਹ ਮਿਲਦਾ ਪਿੰਡਾਂ 'ਚ ਵੀ ਅਤੇ ਸ਼ਹਿਰਾਂ ਦੇ ਵਿੱਚ ਵੀ। ਤੁਸੀਂ ਵੇਖੋਗੇ ਕਿ ਰਿਜ਼ਲਟ ਹੈਰਾਨੀਜਨਕ ਆਉਣਗੇ। ਤੁਹਾਨੂੰ ਮੈਂ ਯਾਦ ਕਰਾ ਦਿਆਂ, 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਸੀਗੇ ਅਤੇ ਉਸ ਵੇਲੇ ਕਾਂਗਰਸ ਦੀ ਚੜ੍ਹਾਈ ਵੀ ਬੜੀ ਸੀ ਅਤੇ ਕੋਈ ਬਗਾਵਤ ਵੀ ਹੈ ਨਹੀਂ ਸੀ, ਦਬਦਬਾ ਵੀ ਬਹੁਤ ਸੀ, ਸਰਕਾਰ ਦੇ ਕੋਲ ਕੋਈ ਨੈਗੇਟਿਵਿਟੀ ਵੀ ਨਹੀਂ ਸੀ ਜਿਵੇਂ ਹੁਣ ਹੈ। ਕਰਜ਼ਿਆਂ ਤੋਂ ਮੁੱਕਰ ਗਏ, ਨੌਕਰੀਆਂ ਤੋਂ ਮੁੱਕਰ ਗਏ, ਫੋਨਾਂ ਤੋਂ ਮੁੱਕਰ ਗਏ, ਸਗਨ ਸਕੀਮ ਤੋਂ ਮੁੱਕਰ ਗਏ, ਹਰ ਚੀਜ਼ ਤੋਂ ਹੀ ਮੁੱਕਰ ਗਏ, ਬਲਕਿ ਬਹੁਤੇ ਕੰਮ ਇਹਨਾਂ ਨੇ ਬੰਦ ਕਰਤੇ। ਬਗਾਵਤ ਬਹੁਤ ਵੱਡੇ ਪੈਮਾਨੇ 'ਤੇ ਕਾਂਗਰਸ ਦੀ। 2004 'ਚ ਵੀ ਅਕਾਲੀ ਦਲ ਬੀਜੇਪੀ ਨੇ 11 ਸੀਟਾਂ ਜਿੱਤੀਆਂ ਸੀ ਅਤੇ ਮੈਨੂੰ ਲੱਗਦਾ ਕਿ ਉਹੀ ਇਤਿਹਾਸ ਦੁਬਾਰਾ ਦੁਹਰਾਏਗਾ ਪੰਜਾਬ। ਜਾਗਰਤੀ ਲੈ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।